ਹੈਲੋ ਦੋਸਤੋ ਬ੍ਰਾਈਟ ਕਲਾਸ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀਓਗ੍ਰਾਫੀ ਦਾ ਜਿਹੜਾ ਇੰਟਰੋਡਕਸ਼ਨ ਦੇ ਵਿੱਚ ਲਾਈਨਸ ਕਰਾਂਗੇ ਲਾਈਨਸ ਮਤਲਬ ਲੈਟਿਟਿਊਡ ਐਂਡ ਲੌਂਗੀਟਿਊਡ ਜਿਹੜੀਆਂ ਤੁਸੀਂ ਗਲੋਬ ਦੇ ਉੱਤੇ ਲਾਈਨਾਂ ਦੇਖਦੇ ਹੋ ਇੱਕ ਗ੍ਰਿਡ ਬਣਿਆ ਹੁੰਦਾ ਹੈਗਾ ਲਾਈਨਾਂ ਦਾ ਉਹਨੂੰ ਆਪਾਂ ਕੀ ਕਹਿੰਦੇ ਆ ਜਾਂ ਦਾ ਲੌਂਗੀਟਿਊਡ ਜਾਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਆ ਲਾਈਨਸ ਨੂੰ ਲੈਟਿਟਿਊਡ ਉਹ ਆਪਾਂ ਸਾਰਾ ਅੱਗੇ ਕਰਾਂਗੇ ਕਿ ਲੌਂਗੀਟਿਊਡਸ ਕਿਹੜੀਆਂ ਹੁੰਦੀਆਂ ਲੈਟਿਟਿਊਡਸ ਕਿਹੜੀਆਂ ਹੁੰਦੀਆਂ ਤਾਂ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਵੀ ਬੱਚਿਆਂ ਨੂੰ ਜਿਹੜੇ PCS ਤੇ ਹੋਰ ਪੰਜਾਬ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਸਾਰਾ ਇੱਕ ਇੱਕ ਜਿਹੜਾ ਟੌਪਿਕ ਆ ਉਹ ਇਸ ਚੈਨਲ ਦੇ ਉੱਤੇ ਜਿਹੜਾ ਕਵਰ ਕੀਤਾ ਜਾਊਗਾ ਸਾਰੀ ਜਿਹੜੀ ਲੈਂਗੁਏਜ ਆ ਸਮਝਾਉਣ ਦੀ ਉਹ ਪੰਜਾਬੀ ਆ ਇੱਕ ਚਾਹੇ ਕੋਈ ਵੀ ਸਬਜੈਕਟ ਅਸੀਂ ਕਰਾ ਰਹੇ ਆ ਉਹ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਕਰਾ ਰਹੇ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਚਲੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਕੱਲਾ ਲੈਟੀਟਿਊਡ ਜਿਹੜਾ ਹੈ ਉਹ ਕਰਾਂਗੇ ਲੌਂਗੀਟਿਊਡ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤਾਂ ਕਿਉਂਕਿ ਕਾਫੀ ਜਿਹੜਾ ਹੈਗਾ ਇਹਦੇ ਵਿੱਚ ਲੌਂਗ ਸਲਾਈਡ ਬਣ ਜਾਊਗੀ ਨਹੀਂ ਤਾਂ ਲੌਂਗ ਵੀਡੀਓ ਬਣ ਜਾਊਗੀ ਤਾਂ ਆਪਾਂ ਦੋ ਸੈਕਸ਼ਨ ਦੇ ਵਿੱਚ ਇਹਨੂੰ ਵੰਡ ਲੈਨੇ ਆ ਠੀਕ ਹੈ ਸਭ ਤੋਂ ਪਹਿਲਾਂ ਸਮਝੋ ਕਿ ਲਾਈਨ ਆਫ ਜਿਹੜਾ ਹੈ ਲਾਈਨਸ ਆਫ ਲੈਟੀਟਿਊਡ ਤੇ ਲੌਂਗੀਟਿਊਡ ਹੈ ਕੀ ਠੀਕ ਹੈ ਪਹਿਲਾਂ ਇਹਨੂੰ ਸਮਝਣਾ ਜ਼ਰੂਰੀ ਹੈ ਤਾਂ ਲਾਈਨਸ ਆਫ ਲੈਟੀਟਿਊਡ ਤੇ ਲੌਂਗੀਟਿਊਡਸ ਕੀ ਹੈ ਲਾਈਨਸ ਆਫ ਲੈਟੀਟਿਊਡ ਐਂਡ ਲੌਂਗੀਟਿਊਡ ਹੈਲਪ us ਟੂ ਅਨਸਰ a ਜੀਓਗ੍ਰਾਫੀਕਲ ਕੁਐਸ਼ਨਸ ਠੀਕ ਹੈ ਕਿਹੜਾ ਕੁਐਸ਼ਨ ਜੀਓਗ੍ਰਾਫੀਕਲ ਮਨ ਲਓ ਕਿ ਜੋ ਕਿਸੇ ਵੀ ਬੰਦੇ ਨੇ ਆਪਦੀ ਲੋਕੇਸ਼ਨ ਪਤਾ ਕਰਨੀ ਹੈ ਧਰਤੀ ਦੇ ਉੱਤੇ ਕਿ ਉਹ ਹੈ ਕਿੱਥੇ ਤਾਂ ਉਹਨੂੰ ਲੌਂਗੀਟਿਊਡ ਤੇ ਲੈਟੀਟਿਊਡ ਦੋਨੇ ਜਿਹੜੀਆਂ ਇਹ ਰੇਖਾਵਾਂ ਨੇ ਦੋਨੇ ਲਾਈਨਸ ਨੇ ਇਹਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਪਤਾ ਕਰ ਸਕਦਾ ਹੈ ਕਿ ਉਹ ਹੈ ਕਿੱਥੇ ਧਰਤੀ ਦੇ ਉੱਤੇ ਠੀਕ ਹੈ ਤਾਂ ਵਾਟ ਆਰ ਦਾ ਲਾਈਨਸ ਆਫ ਲੈਟੀਟਿਊਡ ਐਂਡ ਲੌਂਗੀਟਿਊਡ ਲਾਈਨਸ ਆਫ ਲੈਟੀਟਿਊਡ ਐਂਡ ਲੌਂਗੀਟਿਊਡ ਰੈਫਰਸ ਟੂ ਦਾ ਗ੍ਰਿਡ ਸਿਸਟਮ ਉਹ ਇੱਕ ਗ੍ਰਿਡ ਸਿਸਟਮ ਬਣਾਉਂਦਾ ਆ ਤੁਸੀਂ ਇੱਥੇ ਇਮੇਜ ਦੇ ਵਿੱਚ ਦੇਖ ਸਕਦੇ ਹੋ ਆ ਜਿਹੜਾ ਲਾਈਨਸ ਦਾ ਗ੍ਰਿਡ ਸਿਸਟਮ ਬਣਿਆ ਹੋਇਆ ਹੈ ਆਫ ਇਮੇਜਿਨਰੀ ਲਾਈਨਸ ਠੀਕ ਹੈ ਇਹ ਰੀਅਲ ਧਰਤੀ ਦੇ ਉੱਤੇ ਨਹੀਂ ਹੈਗੀਆਂ ਲਾਈਨਾਂ ਇਹ ਆਪਾਂ ਇਮੇਜਿਨਰੀ ਬਣਾਈਆਂ ਹੋਈਆਂ ਜਿਹੜੀਆਂ ਤੁਸੀਂ ਗਲੋਬ ਦੇ ਉੱਤੇ ਯੂ ਫਾਈਂਡ ਔਨ ਦਾ ਮੈਪ ਆਫ ਦਾ ਗਲੋਬ ਠੀਕ ਹੈ ਜਿਹੜਾ ਤੁਸੀਂ ਮੈਪ ਦੇ ਉੱਤੇ ਗਲੋਬ ਦੇ ਉੱਤੇ ਦੇਖ ਸਕਦੇ ਹੋ ਇਹ ਇਮੇਜਿਨਰੀ ਲਾਈਨ ਆ ਇਹ ਰੀਅਲ ਦੇ ਵਿੱਚ ਇਹ ਲਾਈਨਸ ਨਹੀਂ ਹੈਗੀਆਂ ਪੈਰਲਰਸ ਆਫ ਦਾ ਲੈਟੀਟਿਊਡ ਠੀਕ ਹੈ ਲੈਟੀਟਿਊਡ ਦੇ ਪੈਰਲਰ ਹੈ ਜਿਹੜੀ ਐਂਡ ਮੈਡੀਟੇਰੀਅਨ ਆਫ ਦਾ ਲੌਂਗੀਟਿਊਡ ਫਾਰਮ ਹੈ ਇਨਵਿਜ਼ੀਬਲ ਗ੍ਰਿਡ ਓਵਰ ਦਾ ਅਰਥ ਸਰਫੇਸ ਐਂਡ ਅਸਿਸਟ ਇਨ ਪਿੰਨ ਪੁਆਇੰਟਿੰਗ ਆਫ ਐਨੀ ਲੋਕੇਸ਼ਨ ਠੀਕ ਹੈ ਜਿਹੜੀਆਂ ਯਾਨੀ ਕਿ ਲੈਟੀਟਿਊਡ ਤੇ ਲੋਂਗੀਟਿਊਡ ਹੈ ਇਹ ਕੀ ਕਰਦੀਆਂ ਧਰਤੀ ਦੇ ਸਰਫੇਸ ਦੇ ਉੱਤੇ ਸਾਨੂੰ ਇੱਕ ਪਿੰਨ ਪੁਆਇੰਟ ਦੀ ਲੋਕੇਸ਼ਨ ਵੀ ਦੱਸ ਦਿੰਦੀਆਂ ਠੀਕ ਹੈ ਇੰਨੀ ਐਕੂਰੇਟ ਵਿਦ ਅ ਗ੍ਰੇਟ ਐਕੂਰੇਸੀ ਵੇਅਰ ਐਵਰ ਹੈਜ਼ ਇਟਸ ਓਨ ਯੂਨੀਕ ਗ੍ਰਿਡ ਲੋਕੇਸ਼ਨ ਐਂਡ ਥਿਸ ਇਜ਼ ਐਕਸਪ੍ਰੈਸਡ ਇਨ ਦਾ ਟਰਮ ਆਫ ਲੈਟੀਟਿਊਡ ਐਂਡ ਲੋਂਗੀਟਿਊਡ ਕੋਆਰਡੀਨੇਟਸ ਠੀਕ ਹੈ ਤਾ ਦੋਨਾਂ ਦੇ ਕੋਆਰਡੀਨੇਟ ਦੇ ਨਾਲ ਲੈਟੀਟਿਊਡ ਤੇ ਲੰਗਿਟਿਊਡ ਲੰਗਿਟਿਊਡ ਦੇ ਜਿਹੜੇ ਕੋਆਰਡੀਨੇਟ ਦੇ ਨਾਲ ਤੁਸੀਂ ਐਗਜ਼ੈਕਟ ਲੋਕੇਸ਼ਨ ਹੈ ਜਿਹੜੀ ਕਿਸੇ ਵੀ ਬੰਦੇ ਦੀ ਕਿਸੇ ਵੀ ਸ਼ਹਿਰ ਦੀ ਕਿਸੇ ਵੀ ਸਿਟੀ ਦੀ ਉਹ ਤੁਸੀਂ ਪਤਾ ਕਰ ਸਕਦੇ ਹੋ ਲਾਈਨਸ ਆਫ ਲੈਟੀਟਿਊਡਸ ਕੀ ਨੇ ਲਾਈਨਸ ਆਫ ਲੈਟੀਟਿਊਡ ਆ ਜਿਹੜੀਆਂ ਹੋਰੀਜ਼ਨਟਲ ਲਾਈਨਸ ਨੇ ਠੀਕ ਹੈ ਹੋਰੀਜ਼ਨਟਲ ਕਿਵੇਂ ਹੁੰਦਾ ਹੈਗਾ ਹੁਣ ਹੋਰੀਜ਼ਨਟਲ ਲਾਈਨਸ ਮਤਲਬ ਕਿਹੜੀਆਂ ਹੋਗੀਆਂ ਲੈਟੀਟਿਊਡਸ ਆੜੀਆਂ ਲਾਈਨਸ ਜਿਹੜੀਆਂ ਹੈਗੀਆਂ ਇਹ ਕੀ ਹੋਗੀਆਂ ਜੀ ਇਹ ਹੋ ਗਈਆਂ ਲੈਟੀਟਿਊਡਸ ਠੀਕ ਹੈ ਹੋਰੀਜ਼ਨਟਲ ਲਾਈਨ ਸਹੀ ਹੋ ਗਈਆਂ ਲੈਟੀਟਿਊਡਸ they will tell us whether a place is located in northern and southern hemisphere ਠੀਕ ਹੈ ਇਹ ਆਪਾਂ ਨੂੰ ਕੀ ਦੱਸਦੀ ਹੈ ਇਹ ਲਾਈਨ ਹੈ ਕਿ ਇਹ ਨਾਰਦਰਨ ਹੈਮਿਸਫੀਅਰ ਤੇ ਸਾਊਦਰਨ ਹੈਮਿਸਫੀਅਰ ਦੇ ਵਿੱਚ ਜਿਹੜੀ ਲੋਕੇਸ਼ਨ ਹੈ ਉਹ ਕਿੱਥੇ ਕ ਹੈ ਕਿੰਨੀ ਕੋ ਨਾਰਥ ਤੇ ਸਾਊਥ ਤੋਂ ਦੂਰ ਹੈ ਤੇ ਇਕਵੇਟਰ ਤੋਂ ਕਿੰਨੀ ਕੁ ਦੂਰ ਹੈ ਠੀਕ ਹੈ ਇਕਵੇਟਰ ਕੀ ਹੈ ਜੀ ਜਿਹੜੀ ਬਿਲਕੁਲ ਸੈਂਟਰ ਵਾਲੀ ਲਾਈਨ ਹੈ that is equator ਠੀਕ ਹੈ ਜਿਹੜਾ ਬਿਲਕੁਲ ਸੈਂਟਰ ਦੇ ਵਿੱਚ ਲੈਟੀਟਿਊਡ ਹੈ ਉਹਨੂੰ ਇਕਵੇਟਰ ਕਹਿੰਦੇ ਆ ਕਿ ਮੰਨ ਲਓ ਜੇ ਮੈਂ ਹੁਣ ਆਹ ਆਹ ਲੈਟਿਟਿਊਡ ਦੀ ਗੱਲ ਕਰਾਂ ਤਾਂ ਉਥੋਂ ਆਪਾਂ ਨੂੰ ਪਤਾ ਲੱਗਦਾ ਕਿ ਉਹ ਇਕਵੇਟਰ ਤੋਂ ਕਿੰਨੇ ਦੂਰ ਹੈ ਠੀਕ ਹੈ ਸਹੀ ਉਹਦੀ ਲੋਕੇਸ਼ਨ ਦਾ ਜਿਹੜਾ ਹੈ ਉਹ ਪਤਾ ਲੱਗਦਾ ਉਸ ਤੋਂ ਬਾਅਦ ਕੀ ਹੈ ਲੌਂਗੀਟਿਊਡਸ ਕੀ ਨੇ ਹੁਣ ਲੌਂਗੀਟਿਊਡਸ ਕੀ ਹੁੰਦੀਆਂ ਲੌਂਗੀਟਿਊਡਸ ਜਿਹੜੀਆਂ ਆਹ ਵਰਟੀਕਲਸ ਲਾਈਨਸ ਨੇ ਇਹਨਾਂ ਨੂੰ ਕੀ ਕਹਿ ਦਿੰਦੇ ਨੇ ਲੌਂਗੀਟਿਊਡਸ ਕਹਿ ਦਿੰਦੇ ਨੇ ਠੀਕ ਹੈ ਜਿਹੜੀਆਂ ਵਰਟੀਕਲਸ ਲਾਈਨਸ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਲੌਂਗੀਟਿਊਡ ਤੇ ਇਹ ਕੀ ਕਰਦੀਆਂ ਇੰਡੀਕੇਟ ਕਰਦੀਆਂ ਹਾਊ ਫਾਰ ਫਰੋਮ ਈਸਟ ਟੂ ਵੈਸਟ ਕਿ ਆਪਾਂ ਈਸਟ ਜਾਂ ਵੈਸਟ ਤੋਂ ਜਾਂ ਪ੍ਰਾਈਮ ਮੈਰੀਡੀਅਨ ਹੁਣ ਪ੍ਰਾਈਮ ਮੈਰੀਡੀਅਨ ਕੀ ਹੈ ਜਿਹੜੀ ਲਾ ਬਿਲਕੁਲ 0 ਡਿਗਰੀ ਤੇ ਲਾਈਨ ਹੈ ਦੈਟ ਇਜ਼ ਕਾਲਡ ਪ੍ਰਾਈਮ ਮੈਰੀਡੀਅਨ ਕਿ ਉਹ 0 ਡਿਗਰੀ ਤੋਂ ਤੁਸੀਂ ਕਿੰਨੇ ਕੁ ਦੂਰ ਹੋ ਈਸਟ ਵੱਲ ਪਾਸੇੋਂ ਕਿ ਵੈਸਟ ਵਾਲੇ ਪਾਸੇੋਂ ਠੀਕ ਹੈ ਤਾਂ ਉਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਉਹ ਆਪਾਂ ਨੂੰ ਲੌਂਗੀਟਿਊਡ ਤੋਂ ਪਤਾ ਲੱਗਦਾ ਹੈ ਤਾਂ ਪਤਾ ਲੱਗ ਗਿਆ ਜੀ ਲੈਟੀਟਿਊਡ ਤੇ ਲੌਂਗੀਟਿਊਡ ਦੇ ਵਿੱਚ ਕੀ ਫਰਕ ਹੈ ਲੈਟੀਟਿਊਡ ਹੈ ਜਿਹੜਾ ਉਹ ਹਰੀਜ਼ਨਟਲ ਲਾਈਨਸ ਨੇ ਲੌਂਗੀਟਿਊਡ ਜਿਹੜਾ ਉਹ ਵਰਟੀਕਲ ਲਾਈਨਸ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਲੌਂਗੀਟਿਊਡ ਮਤਲਬ ਲੰਬਾ ਇਸ ਤਨਾ ਯਾਦ ਰੱਖ ਲਿਓ ਓਕੇ ਉਸ ਤੋਂ ਬਾਅਦ ਫੈਕਟ ਗੱਲ ਕਰੀਏ ਆਪਾਂ ਲੈਟਿਟਿਊਡ ਲਾਈਨਸ ਤੇ ਸਭ ਤੋਂ ਪਹਿਲਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਲੈਟਿਟਿਊਡ ਹੀ ਕਰਾਂਗੇ ਕਿ ਲੈਟਿਟਿਊਡ ਦੇ ਜਿਹੜੇ ਫੈਕਟ ਨੇ ਠੀਕ ਹੈ ਸਭ ਤੋਂ ਪਹਿਲਾਂ ਇਕਵੇਟਰ ਇਸ ਦਾ 0 ਡਿਗਰੀ ਲੈਟਿਟਿਊਡ ਠੀਕ ਹੈ ਜਿਹੜਾ ਇਕਵੇਟਰ ਆ ਤੁਸੀਂ ਦੇਖ ਸਕਦੇ ਹੋ ਇਹ 0 ਡਿਗਰੀ ਲੈਟਿਟਿਊਡ ਦੇ ਉੱਤੇ ਹੈ ਨਾਰਥ ਆਫ ਦਾ ਇਕਵੇਟਰ ਇਜ਼ ਦਾ ਨਾਰthern ਹੈਮਿਸਫੀਅਰ ਜਿਹੜਾ ਇਕਵੇਟਰ ਦੇ ਨਾਰਥ ਵਾਲੇ ਪਾਸੇ ਆ ਉਹਨੂੰ ਨਾਰthern ਹੈਮਿਸਫੀਅਰ ਹੈਮਿਸਫੀਅਰ ਮਤਲਬ ਅਰਧ ਗੋਲਾ ਠੀਕ ਹੈ ਅੱਧਾ ਗੋਲਾ ਨਾਰਥ ਦੇ ਵਿੱਚ ਜਿਹੜਾ ਨਾਰthern ਹੈਮਿਸਫੀਅਰ ਹੋ ਗਿਆ ਸਾਊਥ ਦੇ ਵਿੱਚ ਜਿਹੜਾ ਹੋ ਗਿਆ ਇਕਵੇਟਰ ਦੇ ਉੱਪਰ ਕੀ ਹੋ ਗਿਆ ਸਾਊਦਰਨ ਹੈਮਿਸਫੀਅਰ ਇਕਵੇਟਰ ਤੋਂ ਸਾਊਥ ਵਾਲੇ ਪਾਸੇ ਸਾਊਦਰਨ ਹੈਮਿਸਫੀਅਰ ਇਕਵੇਟਰ ਤੋਂ ਨਾਰਥ ਵਾਲੇ ਪਾਸੇ ਨਾਰthern ਹੈਮਿਸਫੀਅਰ ਇਹ ਹੋ ਗਈ ਪਹਿਲੀ ਗੱਲ ਦੂਸਰਾ ਪੁਆਇੰਟ ਕੀ ਹੈ ਲਾਈਨ ਆਫ ਲੈਟੀਟਿਊਡ ਕ੍ਰੋਸ ਪ੍ਰਾਈਮ ਮੈਰੀਡੀਅਨ ਲੌਂਗੀਟਿਊਡ ਲਾਈਨਸ ਐਟ ਅ ਰਾਈਟ ਐਂਗਲ 90 ਡਿਗਰੀ ਠੀਕ ਹੈ ਪ੍ਰਾਈਮ ਮੈਰੀਡੀਅਨ ਮਤਲਬ ਜਿਹੜੀ ਆ ਲਾਈਨ ਹੈ ਠੀਕ ਹੈ ਆਹ ਲਾਈਨ ਹੈ ਜਿਹੜੀ ਪ੍ਰਾਈਮ ਮੈਰੀਡੀਅਨ ਉਹਨੂੰ ਜਿਹੜੇ ਲੈਟਿਟਿਊਡ ਕੱਟਦੇ ਆ ਉਹ ਕਿੰਨੇ ਡਿਗਰੀ ਐਂਗਲ ਤੇ ਕੱਟਦੇ ਆ 90 ਡਿਗਰੀ ਐਂਗਲ ਤੇ ਇੱਕ ਗੱਲ ਇਹ ਯਾਦ ਰੱਖਣੀ ਆ ਮੰਨ ਲਓ ਜੇ ਆ ਪ੍ਰਾਈਮ ਮੈਰੀਡੀਅਨ ਹੈ ਠੀਕ ਹੈ ਮੰਨ ਲਉਨੇ ਆਪਾਂ ਵੈਸੇ ਇੱਥੇ ਨਹੀਂ ਹੈਗੀ ਆ ਪ੍ਰਾਈਮ ਮੈਰੀਡੀਨ ਹੈ ਜਿਹੜਾ ਇਕਵੇਟਰ ਨੇ ਇਹਨੂੰ ਕੱਟਿਆ ਤਾਂ ਇੱਥੇ ਜਿਹੜਾ ਐਂਗਲ ਬਣੂਗਾ ਉਹ ਕਿੰਨੇ ਐਂਗਲ ਬਣੂਗਾ 90 ਡਿਗਰੀ ਦਾ ਐਂਗਲ ਬਣੂਗਾ ਠੀਕ ਹੈ 90 ਡਿਗਰੀ ਦੇ ਕੱਟਦੀਆਂ ਦੋ ਗੱਲਾਂ ਪਤਾ ਲੱਗੀਆਂ ਲੈਟੀਟਿਊਡ ਦੀਆਂ ਤੀਸਰਾ ਪੁਆਇੰਟ ਕੀ ਹੈ ਕਹਿੰਦਾ ਲਾਈਨਸ ਆਫ ਲੈਟੀਟਿਊਡ ਸਰਕਲਸ ਦਾ ਗਲੋਬ ਵਰਲਡ ਇਹਨਾਂ ਈਸਟ-ਵੈਸਟ ਡਾਇਰੈਕਸ਼ਨ ਕਿਹੜੀ ਡਾਇਰੈਕਸ਼ਨ ਦੇ ਵਿੱਚ ਇਹਨੂੰ ਰੋਟੇਟ ਯਾਨੀ ਕਿ ਉਹ ਕਵਰ ਕਰਦੀਆਂ ਈਸਟ-ਵੈਸਟ ਡਾਇਰੈਕਸ਼ਨ ਦੇ ਵਿੱਚ ਠੀਕ ਹੈ ਵੈਸਟ-ਈਸਟ ਨਹੀਂ ਈਸਟ-ਵੈਸਟ ਡਾਇਰੈਕਸ਼ਨ ਦੇ ਵਿੱਚ ਕਵਰ ਕਰਦੀਆਂ ਚੌਥਾ ਪੁਆਇੰਟ ਕੀ ਹੈ ਲਾਈਨ ਆਫ ਲੈਟੀਟਿਊਡ ਆਰ ਆਲਸੋ ਨੋਨ ਐਸ ਪੈਰਲਰਸ ਜਿਹੜੀਆਂ ਲੈਟੀਟਿਊਡ ਲਾਈਨਸ ਆ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਪੈਰਲਰਸ ਵੀ ਕਿਹਾ ਜਾਂਦਾ ਕਿਉਂਕਿ ਸਾਰੀਆਂ ਇੱਕ ਦੂਜੇ ਦੇ ਕੀ ਹੈ ਪੈਰਲਰ ਹੈ ਠੀਕ ਹੈ ਐਸ ਦੇ ਆਰ ਪੈਰਲਲ ਟੂ ਇਕਵੇਟਰ ਐਂਡ ਅਪਾਰਟ ਆਲਵੇਜ਼ ਦਾ ਸੇਮ ਡਿਸਟੈਂਸ ਜਿਵੇਂ ਜਿਵੇਂ ਜਾਨਕੀ ਆਪਾਂ ਉੱਪਰ ਨੂੰ ਜਾਂਦੇ ਆ ਜਾਂ ਥੱਲੇ ਨੂੰ ਜਾਂਦੇ ਆ ਤੇ ਸਾਰਿਆਂ ਦਾ ਡਿਸਟੈਂਸ ਆਪਸ ਚ ਕੀ ਸੇਮ ਹੈ ਦਾ ਤਾਂ ਕਰਕੇ ਇਹਨਾਂ ਨੂੰ ਪੈਰਲਰ ਕਿਹਾ ਜਾਂਦਾ ਹੈ ਬਟ ਜਿਹੜੇ ਲੌਂਗੀਟਿਊਡਸ ਹੈ ਪੈਰਲਰ ਨਹੀਂ ਹੁੰਦੀਆਂ ਇੱਕ ਦੂਜੇ ਦੇ ਠੀਕ ਹੈ ਉਹ ਆਪਾਂ ਲੌਂਗੀਟਿਊਡ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਲੈਟੀਟਿਊਡ ਦੇ ਵਿੱਚ ਇਹ ਪੈਰਲਰ ਹੁੰਦੀਆਂ ਹੈ ਲੌਂਗੀਟਿਊਡ ਦੇ ਵਿੱਚ ਪੈਰਲਰ ਨਹੀਂ ਉਸ ਤੋਂ ਬਾਅਦ ਅਗਲਾ ਪੁਆਇੰਟ ਜਿਹੜਾ ਆ ਜਾਂਦਾ ਹੈ ਲਾਈਨਸ ਆਫ ਲੈਟੀਟਿਊਡ ਦੇ ਵਿੱਚ ਕੀ ਇਹ ਕੀ ਕਰਦੀ ਹੈ ਲਾਈਨ ਆਫ ਲੈਟੀਟਿਊਡ ਮੇਜ਼ਰ ਡਿਸਟੈਂਸ ਨਾਰਥ অর ਸਾਊਥ ਫਰਮ ਦਾ ਇਕਵੇਟਰ ਕਿ ਇਕਵੇਟਰ ਤੋਂ ਜਿਹੜਾ ਤੁਹਾਡਾ ਨਾਰਥ ਵੱਲ ਨੂੰ ਜਾਂ ਸਾਊਥ ਵੱਲ ਨੂੰ ਕਿੰਨਾ ਡਿਸਟੈਂਸ ਹੈ ਉਹ ਪਤਾ ਕਰਦੀ ਹੈ ਹਾਊ far ਦਾ ਨਾਰਥ ਐਂਡ ਸਾਊਥ ਆਫ ਪੁਆਇੰਟ ਫਰੋਮ ਦਾ ਇਕਵੇਟਰ ਠੀਕ ਹੈ ਅਗਲਾ ਪੁਆਇੰਟ ਕੀ ਕਹਿੰਦਾ ਡਿਸਟੈਂਸ ਬੀਟਵੀਨ ਡਿਗਰੀ ਲਾਈਨਸ ਅਬਾਊਟ 69 ਮਾਈਲਸ ਯਾਨੀ ਕਿ 110 ਕਿਲੋਮੀਟਰ ਦਾ ਫਰਕ ਹੈ ਜੀ ਦੋ ਲਾਈਨਾਂ ਦੇ ਵਿਚਾਲੇ ਠੀਕ ਹੈ ਜਿਹੜੇ ਦੋ ਲੈਟੀਟਿਊਡ ਹੈ ਉਹਨਾਂ ਦੇ ਵਿਚਾਲੇ 110 ਕਿਲੋਮੀਟਰ ਦਾ ਫਰਕ ਹੈ ਵੈਰੀ ਇੰਪੋਰਟੈਂਟ ਪੁਆਇੰਟ ਹੈ ਇਹ ਜਿਹੜੀ 1 ਡਿਗਰੀ ਹੁੰਦੀ ਹੈ ਉਹ 60 ਮਿੰਟਾਂ ਦੀ ਹੁੰਦੀ ਹੈ ਤੇ ਇੱਕ ਮਿੰਟ ਜਿਹੜਾ ਹੁੰਦਾ ਉਹ 60 ਸੈਕਿੰਡ ਦਾ ਹੁੰਦਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਜਦੋਂ ਆਪਾਂ ਅੱਗੇ ਰਿਲੇਟ ਕੁਐਸਚਨਸ ਇਹਦੇ ਰਿਲੇਟਡ ਸੋਲਵ ਕਰਾਂਗੇ ਤਾਂ ਉੱਥੇ ਇਹ ਗੱਲਾਂ ਯਾਦ ਆਉਣੀਆਂ ਚਾਹੀਦੀਆਂ ਤੁਹਾਨੂੰ ਕਿ ਜਿਹੜਾ 110 ਕਿਲੋਮੀਟਰ ਦਾ ਫਰਕ ਹੁੰਦਾ ਦੋ ਲੈਟੀਟਿਊਡ ਦੇ ਵਿਚਾਲੇ ਤੇ 1 ਡਿਗਰੀ ਹੈ 60 ਮਿੰਟ ਦੀ ਹੁੰਦੀ ਹੈ ਤੇ ਇੱਕ ਮਿੰਟ ਜਿਹੜਾ ਹੁੰਦਾ ਉਹ 60 ਸੈਕਿੰਡ ਦਾ ਹੁੰਦਾ ਠੀਕ ਹੈ ਤਾਂ ਉਸ ਤੋਂ ਬਾਅਦ ਆ ਜਾਂਦਾ ਨਾਰਦਰਨ ਹੈਮਿਸਫੀਅਰ ਹੈ ਜਿਹੜਾ ਹੈਜ਼ ਅ ਲੈਟਿਟਿਊਡ ਬਿਟਵੀਨ 0 ਤੋਂ ਲੈ ਕੇ ਨਾਰਦਰ 90 ਡਿਗਰੀ ਐਨ ਤੱਕ ਨਾਰਥ ਮਤਲਬ 90 ਡਿਗਰੀ ਨਾਰਥ ਤੱਕ ਠੀਕ ਹੈ ਤਾਂ 0 ਤੋਂ ਲੈ ਕੇ ਆਹ 0 ਹੈ ਜੀ 0 ਤੋਂ ਲੈ ਕੇ ਆ 90 ਡਿਗਰੀ ਹੈ ਜਿਹੜਾ ਇਹਦੇ ਵਿਚਾਲੇ ਦਾ ਏਰੀਆ ਕੀ ਹੈ ਨਾਰਦਰਨ ਹੈਮਿਸਫੀਅਰ ਤੇ ਸਾਊਦਰਨ ਹੈਮਿਸਫੀਅਰ ਕੀ ਹੈ 0 ਤੋਂ ਲੈ ਕੇ ਆ ਜਿਹੜਾ 90 ਡਿਗਰੀ ਸਾਊਥ ਹੈ ਠੀਕ ਹੈ ਉਥੋਂ ਉਹਦੇ ਵਿੱਚ ਜਿਹੜਾ ਹੈਗਾ ਉਹ ਹੈਗਾ ਸਾਊਦਰਨ ਹੈਮਿਸਫੀਅਰ ਤੇ ਤੁਸੀਂ ਇੱਕ ਗੱਲ ਹੋਰ ਦੇਖੀ ਹੋਣੀ ਹੈ ਇਹਦੇ ਵਿੱਚ ਧਿਆਨ ਨਾਲ ਕਿ ਜਿਹੜੀ ਇਕਵੇਟਰ ਹੈ ਗੋਲੇ ਦਾ ਸਭ ਤੋਂ ਵੱਡੀ ਲਾਈਨ ਹੈ ਤੇ ਜਿਵੇਂ ਜਿਵੇਂ ਆਪ ਉੱਪਰ ਨੂੰ ਜਾ ਰਹੇ ਆ ਦੇਖੋ ਆ ਜਿਹੜੇ ਗੋਲੇ ਆ ਛੋਟੇ ਹੋઈ ਜਾ ਰਹੇ ਆ ਹੈਨਾ ਆ ਜਿਹੜੇ ਗੋਲੇ ਆ ਇਹ ਛੋਟੇ ਹੋઈ ਜਾ ਰਹੇ ਆ ਤਾਂ ਜਿਹੜਾ ਗੈਟ ਸ਼ਾਰਟਰ ਟਵਾਰ ਦਾ ਪੋਲਸ ਠੀਕ ਹੈ ਜਿਹੜੇ ਲੈਟੀਟਿਊਡਸ ਨੇ ਉਹ ਛੋਟੇ ਹੋਈ ਜਾਂਦੇ ਜਿਵੇਂ ਜਿਵੇਂ ਆਪਾਂ ਪੋਲ ਵੱਲ ਨੂੰ ਜਾਂਦੇ ਆ ਤੇ ਓਨਲੀ ਇਕਵੇਟਰ ਦਾ ਲੌਂਗੇਸਟ ਜਿਹੜਾ ਇਕਵੇਟਰ ਹੈ ਇਕੱਲਾ ਕੀ ਹੈ ਸਭ ਤੋਂ ਲੌਂਗੇਸਟ ਲੈਟੀਟਿਊਡ ਹੈ ਇਹ ਗੱਲ ਯਾਦ ਰੱਖਣੀ ਹੈ ਗ੍ਰੇਟੈਸਟ ਸਰਕਲ ਹੈ ਜਾਂ ਲੈਟੀਟਿਊਡ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ਇੰਪੋਰਟੈਂਟ ਲੈਟੀਟਿਊਡਸ ਨੇ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਇਕੂਏਟਰ ਇਕੂਏਟਰ ਜਿਹੜਾ ਹੈਗਾ ਉਹ 0 ਡਿਗਰੀ ਤੇ ਹੈ ਠੀਕ ਹੈ ਬਿਲਕੁਲ ਸੈਂਟਰ ਤੇ ਤੁਸੀਂ ਆ ਦੇਖ ਸਕਦੇ ਹੋ ਇੱਥੇ ਇਕੂਏਟਰ ਹੈਗਾ ਠੀਕ ਹੈ ਉਸ ਤੋਂ ਬਾਅਦ ਟ੍ਰੋਪਿਕ ਆਫ ਕੈਂਸਰ ਇਹ ਹੈਗਾ 23 ਡਿਗਰੀ 30 ਠੀਕ ਹੈ 30 ਇੱਥੇ ਕੀ ਹੈ ਹੁਣ ਇੱਥੇ ਹੈਗਾ 30 ਕੀ ਹੈ ਮਿੰਟ ਠੀਕ ਹੈ 30 ਮਿੰਟ ਨਾਰਥ ਠੀਕ ਹੈ 23 ਡਿਗਰੀ 30 ਮਿੰਟ ਨਾਰਥ ਦੇ ਵਿੱਚ ਹੈ ट्रॉपिक ਆਫ ਕੈਂਸਰ ਠੀਕ ਹੈ ਤਾਂ ਜਦੋਂ ਆਪਾਂ ਉੱਪਰ ਨੂੰ ਜਾਂਦੇ ਆ ਕੀ ਹੈ ट्रॉपिक ਆਫ ਕੈਂਸਰ 23 ਠੀਕ ਹੈ 23.5 ਜਾਂ 23.5 ਲਿਖ ਲਓ ट्रॉपिक ਆਫ ਕੌਰਨ ਕੀ ਹੈ ਇਹ 23.5 ਹੈਗਾਗਾ ਸਾਊਥ ਵੱਲ ਨੂੰ ट्रॉपिक ਆਫ ਕਾਪਰੀਕੌਰਨ ਠੀਕ ਹੈ ਇਹ ट्रॉपिक ਆਫ ਕਾਪਰੀਕੌਰਨ ਹੈ ਉਸ ਤੋਂ ਬਾਅਦ ਦਾ ਆਰਕਟਿਕ ਸਰਕਲ ਜਿਹੜਾ ਹੈਗਾ 66 ਡਿਗਰੀ ਨਾਰਥ ਤੇ ਹੈ ਠੀਕ ਹੈ ਆਰਕਟਿਕ ਸਰਕਲ ਇੱਥੇ ਹੈ 66 ਡਿਗਰੀ ਆਹ ਹਾਲਾ ਜਿਹੜਾ ਹੈਗਾ 66 ਡਿਗਰੀ ਨਾਰਥ ਦੇ ਵਿੱਚ ਠੀਕ ਹੈ ਤੇ ਜਿਹੜਾ ਅੰਟ੍ਰੈਕਟਿਕ ਸਰਕਲ ਹੈ ਇਹ 66 ਡਿਗਰੀ ਸਾਊਥ ਦੇ ਵਿੱਚ ਹੈ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਠੀਕ ਹੈ ਤੇ ਜਿਹੜਾ ਨਾਰਥ ਪੋਲ ਹੈ ਇਹ 90 ਡਿਗਰੀ ਨਾਰਥ ਆ ਲੱਭੇ ਡਿਗਰੀ ਉੱਪਰ ਆ ਗਿਆ ਜਾਵਾਂ ਤੇ ਜਿਹੜਾ ਸਾਊਥ ਪੋਲ ਹੈ ਉਹ 90 ਡਿਗਰੀ ਸਾਊਥ ਦੇ ਵਿੱਚ ਹੈ ਤਾਂ ਇਹ ਸੋਨੂੰ ਜਿਹੜੀਆਂ ਲਾਈਨਸ ਨੇ ਇੰਪੋਰਟੈਂਟ ਲਾਈਨਸ ਹੈ ਯਾਦ ਹੋਣੇ ਚਾਹੀਦੀਆਂ ਸਭ ਤੋਂ ਪਹਿਲਾਂ ਇਕਵੇਟਰ ਫਿਰ ਟ੍ਰੋਪਿਕ ਆਫ ਕੈਂਸਰ ਫਿਰ ਟ੍ਰੋਪਿਕ ਆਫ ਕਾਪ੍ਰਿਕੌਰਨ ਆਰਕਟਿਕ ਸਰਕਲ ਅੰਟ Arctictic ਸਰਕਲ ਨਾਰਥ ਪੋਲ ਤੇ ਸਾਊਥ ਪੋਲ ਕਿੰਨੇ ਕਿੰਨੇ ਡਿਗਰੀ ਤੇ ਇਹ ਯਾਦ ਹੋਣੇ ਚਾਹੀਦੇ ਆ ਪਹਿਲਾ 0 ਡਿਗਰੀ ਫਿਰ 23.5 ਡਿਗਰੀ ਤੇ ਦੋਨੇ ਫਿਰ ਦੋਨੇ 66.5 ਡਿਗਰੀ ਤੇ ਫਿਰ 90 ਡਿਗਰੀ ਤੇ ਠੀਕ ਹੈ 0 23 23.5 66.5 ਤੇ 90 ਉਸ ਤੋਂ ਬਾਅਦ ਜੇ ਆਪਾਂ ਜ਼ੋਨਸ ਦੀ ਗੱਲ ਕਰੀਏ ਤਾਂ ਜਿਹੜੇ ਇਹ ਜ਼ੋਨਸ ਦੇ ਵਿੱਚ ਵੀ ਡਿਵਾਈਡ ਹੋਇਆ ਨਾਰਥ ਟੂ ਸਾਊਥ ਇਹ ਜ਼ੋਨਸ ਦੇ ਵਿੱਚ ਵੀ ਧਰਤੀ ਨੂੰ ਡਿਵਾਈਡ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜਾ ਉੱਪਰ ਨਾਰਥ ਤੇ ਸਾਊਥ ਪੋਲ ਹੈ ਠੀਕ ਹੈ ਉਹਨੂੰ ਆਪਾਂ ਫ੍ਰੀਜ਼ਡ ਜ਼ੋਨ ਕਹਿੰਦੇ ਆ ਫ੍ਰੀਜ਼ਡ ਜ਼ੋਨ ਕਿਉਂ ਕਹਿੰਦੇ ਆ ਕਿਉਂਕਿ ਇਹ ਜੰਮਿਆ ਹੋਇਆ ਫ੍ਰਿਜ ਜਿਹਾ ਤਾਂ ਆਲਸੋ ਨੋਨ ਐਜ਼ ਪੋਲਰ ਰੀਜਨ ਇਹਨਾਂ ਨੂੰ ਆਪਾਂ ਪੋਲਰ ਰੀਜਨ ਵੀ ਕਹਿੰਦੇ ਆ ਨਾਰਥ ਫ੍ਰੀਜ਼ਡ ਜ਼ੋਨ ਹੈ ਜਿਹੜਾ ਲਾਈਜ਼ ਬੀਟਵੀਨ ਨਾਰਥ ਪੋਲ ਐਂਡ ਆਰਕਟਿਕ ਸਰਕਲ ਆਪਾਂ ਕੀਤਾ ਹੈ ਨਾ ਕਿ ਆਰਕਟਿਕ ਸਰਕਲ ਤੇ ਨਾਰਥ ਪੋਲ ਦੇ ਵਿਚਾਲੇ ਦੀ ਜਿਹੜੀ ਜਗ੍ਹਾ ਹੈ ਦੈਟ ਇਜ਼ ਕਾਲਡ ਉਹਨੂੰ ਕੀ ਕਹਿੰਦੇ ਆ ਫ੍ਰੀਜ਼ਡ ਜ਼ੋਨ ਤੇ ਸਾਊਥ ਫ੍ਰੀਜ਼ਡ ਜ਼ੋਨ ਹੈ ਜਿਹੜਾ ਉਹ ਸਾਊਥ ਪੋਲ ਤੇ ਅੰਟੈਕਟਿਕ ਸਰਕਲ ਜਿਹੜਾ ਥੱਲੇ ਇੰਟਰੈਕਟਿੰਗ ਸਰਕਲ ਹੈ ਤੇ ਥੱਲੇ ਇੱਕ ਸਾਊਥ ਪੋਲ ਆ ਉਹਦੇ ਵਿਚਾਲ ਦਾ ਜਿਹੜਾ ਇਲਾਕਾ ਹੈ ਉਹ ਕੀ ਹੈ ਫ੍ਰੀਜ਼ਡ ਜ਼ੋਨ ਹੈ ਸਾਊਥ ਦਾ ਤੇ ਫ੍ਰੀਜ਼ਡ ਜ਼ੋਨ ਹੈ ਨਾਰਥ ਦਾ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਟੈਂਪਰੇਟ ਜ਼ੋਨ ਟੈਂਪਰੇਟ ਜ਼ੋਨ ਕਿਹੜਾ ਹੈਗਾ ਜੀ ਜਿਹੜਾ ਬਿਟਵੀਨ ਟ੍ਰੋਪਿਕ ਆਫ ਕੈਂਸਰ ਤੇ ਆਰਕਟਿਕ ਦੇ ਆ ਇਹ ਹੋ ਗਿਆ ਨਾਰਥ ਟੈਂਪਰੇਟ ਜ਼ੋਨ ਜਿਹੜਾ ਟ੍ਰੋਪਿਕ ਆਫ ਕੈਂਸਰ ਠੀਕ ਹੈ ਤੇ ਆਰਕਟਿਕ ਸਰਕਲ ਦੇ ਵਿਚਾਲੇ ਆ ਤੁਸੀਂ ਜਿਹੜਾ ਦੇਖ ਸਕਦੇ ਹੋ orange ਜੇ ਕਲਰ ਦਾ ਇਹ ਸਾਰਾ ਹੈਗਾਗਾ ਨਾਰਥ ਟੈਂਪਰੇਟ ਜ਼ੋਨ ਠੀਕ ਹੈ ਤੇ ਸਾਊਥ ਟੈਂਪਰੇਟ ਜਾਨ ਕਿਹੜਾ ਜਿਹੜਾ ਟ੍ਰੋਪਿਕ ਆਫ ਕਾਪਰੀਕੋਰਨ ਤੇ ਐਟ੍ਰੈਕਟਿਕ ਸਰਕਲ ਦੇ ਵਿਚਾਲੇ ਆਹ ਟ੍ਰੋਪਿਕ ਆਫ ਕਾਪਰੀਕੋਰਨ ਹੈ ਤੇ ਆ ਹੈਗਾ ਆਰਕਟਿਕਸ ਐਂਟ੍ਰੈਕਟਿਕ ਸਰਕਲ ਇਹਦੇ ਵਿਚਾਲੇ ਜਿਹੜਾ ਤੁਸੀਂ orange ਦੇਖ ਰਹੇ ਹੋ ਇਹ ਕੀ ਹੈਗਾ ਇਹ ਹੈਗਾ ਸਾਊਥ ਟੈਂਪਰੇਟ ਜਾਨ ਉਸ ਤੋਂ ਬਾਅਦ ਆ ਜਾਂਦਾ ਟੋਰਿਡ ਜਾਨ ਟੋਰਿਡ ਜਾਨ ਕਿਹੜਾ ਹੈ ਜੀ ਆਲਸੋ ਨੋਨ ਐਸ ਦਾ ਟ੍ਰੋਪਿਕਸ ਇਹਨੂੰ ਟ੍ਰੋਪਿਕਸ ਵੀ ਕਿਹਾ ਜਾਂਦਾ ਠੀਕ ਹੈ ਟੋਰਿਡ ਜਾਨ ਨੂੰ ਲਾਈਜ਼ ਬਿਟਵੀਨ ਦਾ ਟ੍ਰੋਪਿਕ ਆਫ ਕੈਂਸਰ ਐਂਡ ਟ੍ਰੋਪਿਕ ਕੋਪਰੀਕੋਰਨ ਠੀਕ ਹੈ ਇਹ ਕਿਹਦੇ ਵਿਚਾਲੇ ਹੈ ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੋਪਰੀਕੋਰਨ ਦੇ ਵਿਚਾਲੇ ਦਾ ਇਲਾਕਾ ਹੈ ਜਿਹੜਾ ਇਹ ਸਾਰਾ ਇਹ ਕੀ ਹੈ ਜੀ ਇਹ ਹੈਗਾ ਟ੍ਰੋਪਿਕਸ ਜਾਂ ਇਹਨੂੰ ਕਹਿੰਦੇ ਆ ਟੋਰਿਡ ਜ਼ੋਨ ਆਲਸੋ ਡਿਵਾਈਡਡ ਇਨਟੂ ਨਾਰਥ ਟੋਰਿਡ ਜ਼ੋਨ ਤੇ ਸਾਊਥ ਟੋਰਿਡ ਜ਼ੋਨ ਠੀਕ ਹੈ ਇਕੂਏਟਰ ਦੇ ਜਿਹੜਾ ਨਾਰਥ ਵਾਲੇ ਪਾਸੇ ਆ ਉਹ ਆ ਗਿਆ ਨਾਰਥ ਜਾਨੀ ਕਿ ਇਕੂਏਟਰ ਤੇ ਟ੍ਰੋਪਿਕ ਆਫ ਕੈਂਸਰ ਦੇ ਵਿਚਾਲੇ ਜਿਹੜਾ ਉਹ ਆ ਗਿਆ ਨਾਰਥ ਟੋਰਿਡ ਜ਼ੋਨ ਸਾਊਥ ਟੋਰੀਡ ਜ਼ੋਨ ਕਿਹੜਾ ਆ ਗਿਆ ਜਿਹੜਾ ਕਿ ਇਕਵੇਟਰ ਤੇ ਟ੍ਰੋਪਿਕ ਆਫ ਕਪਰੀ ਕੋਰਨ ਦੇ ਵਿਚਾਲੇ ਆ ਠੀਕ ਹੈ ਇਹ ਤੁਸੀਂ ਜ਼ੋਨ ਹੈ ਜਿਹੜੇ ਛੋਟੇ ਇਹ ਵੀ ਛੋਟੇ ਯਾਦ ਹੋਣੇ ਚਾਹੀਦੇ ਆ ਇਹ ਵੀ ਵੈਰੀ ਇੰਪੋਰਟੈਂਟ ਹੈ ਠੀਕ ਹੈ ਫਿਰ ਪਹਿਲਾ ਹੈਗਾ ਫ੍ਰੀਜ਼ਡ ਜ਼ੋਨ ਟੈਂਪਰੇਟ ਜ਼ੋਨ ਟੋਰੀਡ ਜ਼ੋਨ ਠੀਕ ਹੈ ਤਿੰਨ ਜ਼ੋਨ ਹੈ ਜਿਹੜੇ ਉਹਨਾਂ ਨੂੰ ਅੱਗੇ ਨਾਰਥ ਸਾਊਥ ਦੇ ਵਿੱਚ ਡਿਵਾਈਡ ਕੀਤਾ ਹੋਇਆ ਇਹ ਯਾਦ ਰੱਖ ਲੈਣਾ ਤੁਸੀਂ ਉਦੋਂ ਬਾਅਦ ਸਿਗਨੀਫਿਕੈਂਸ ਇਸ ਕੀ ਹੈ ਰਿਲੇਟਰ ਟੂ ਲੈਟੀਟਿਊਡ ਜਦੋਂ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਇਕਵੇਟਰ ਇਕਵੇਟਰ ਦੀਆਂ ਇੰਪੋਰਟੈਂਸ ਦੇਖ ਲੈਣੇ ਆਪਾਂ ਠੀਕ ਹੈ ਇਕਵੇਟਰ ਜਿਹੜਾ ਲੋਕੇਟਡ ਐਡ ਕਿੰਨੇ ਡਿਗਰੀ ਤੇ ਹੈ 0 ਡਿਗਰੀ ਤੇ ਲੈਟੀਟਿਊਡ ਹੈ ਜਿਹੜਾ 0 ਡਿਗਰੀ ਵਾਲਾ ਲੈਟੀਟਿਊਡ ਉਹਨੂੰ ਆਪਾਂ ਕੀ ਕਹਿੰਦੇ ਆ ਇਕਵੇਟਰ ਇਕਵੇਟਰ ਜਿਹੜਾ ਹੈਗਾ ਉਹ ਕਿੰਨਾ ਲੰਮਾ ਹੈਗਾ ਇਹ ਹੈਗਾ 4075.16 ਕਿਲੋਮੀਟਰ ਲੰਮਾ ਹੈ ਠੀਕ ਹੈ 4075 ਠੀਕ ਹੈ ਜੀ ਤੇ ਜਿਹੜਾ ਇਕਵੇਟਰ ਹੈ ਉਹ ਡਿਵਾਈਡ ਕਰਦਾ ਹੈ ਅਰਥ ਨੂੰ ਦੋ ਹਿੱਸਿਆਂ ਦੇ ਵਿੱਚ ਨਾਰਦਰਨ ਤੇ ਸਾਊਦਰਨ ਹੈਮਿਸਫੀਅਰ ਅਗਲਾ ਪੁਆਇੰਟ ਕੀ ਹੈ ਓਨ ਦਾ ਇਕਵੇਟਰ द सन इज डायरेक्टली ओवरहेड टू नून ऑन द टू इक्विनेक्स ਜਾਨੀ ਕਿ 21 ਜੂਨ ਨੂੰ ਤੇ 21 ਦਸੰਬਰ ਨੂੰ ਜਿਹੜਾ ਹੈ ਉਹ ਇਕੂਏਟਰ ਦੇ ਉੱਤੇ ਵੈਸੇ ਤਾਂ ਇਕੂਏਟਰ ਦੇ ਉੱਤੇ ਸਿੱਧੀ ਰੋਸ਼ਨੀ ਜਿਹੜੀ ਹੈ ਉਹ ਪੈਂਦੀ ਰਹਿੰਦੀ ਹੈ ਸਾਰਾ ਸਾਲ ਸੂਰਜ ਦੀ ਠੀਕ ਹੈ ਲੋਕੇਸ਼ਨਸ ਕੀ ਨੇ ਨਾਰਥ ਆਫ ਦਾ ਇਕੂਏਟਰ ਹੈਵ ਲੈਟੀਟਿਊਡ ਬੀਟਵੀਨ 0 ਤੋਂ ਇਕੂਏਟਰ ਐਂਡ 90 ਡਿਗਰੀ ਠੀਕ ਹੈ ਉਹਨੂੰ ਨਾਰਥ ਜ਼ੋਨ ਕਹਿ ਦਿੰਦੇ ਆ ਤੇ ਸਾਊਥ ਜਿਹੜਾ ਹੈਗਾ ਉਹ ਹੈਗਾ 0 ਤੋਂ ਲੈ ਕੇ 90 ਡਿਗਰੀ ਸਾਊਥ ਤੱਕ ਔਨ ਦਾ ਇਕੂਏਟਰ ਦਾ ਲੈਂਥ ਆਫ ਡੇ ਐਂਡ ਨਾਈਟ ਆਰ ਇਕੁਅਲ ਇਹ ਵੀ ਯਾਦ ਰੱਖ ਲੈਣਾ ਹੈ ਕਿ ਸਾਰਾ ਸਾਲ ਦਿਨ ਤੇ ਰਾਤ ਦੇ ਜਿਹੜਾ ਫਾਸਲਾ ਹੈ ਜਾਂ ਆਪਾਂ ਕਹਿ ਲਈਏ ਕਿ ਲੈਂਥ ਹੈ ਜਿਹੜੀ ਦਿਨ ਤੇ ਰਾਤ ਦੀ ਉਹ ਕੀ ਰਹਿੰਦੀ ਹੈ ਸੇਮ ਰਹਿੰਦੀ ਹੈ ਜਿੱਡਾ ਦਿਨ ਹੈ ਓਡੀ ਰਾਤ ਹੁੰਦੀ ਹੈ ਇਕੂਏਟਰ ਦੇ ਉੱਤੇ ਡੇ ਇਜ਼ ਆਲਵੇਜ਼ 12 ਆਵਰ ਲੌਂਗ ਤੇ ਨਾਈਟ ਇਜ਼ ਆਲਵੇਜ਼ 12 ਆਵਰ ਲੌਂਗ ਠੀਕ ਹੈ 12 12 ਘੰਟਿਆਂ ਦੇ 12 ਘੰਟਿਆਂ ਦਾ ਦਿਨ ਤੇ 12 ਘੰਟਿਆਂ ਦੀ ਰਾਤ ਤਾਂ ਇਹ ਹੈਗਾ ਇਕੂਏਟਰ 0 ਡਿਗਰੀ ਵਾਲਾ ਉਸ ਤੋਂ ਅਗਾਂਹ ਦੇ ਟ੍ਰੋਪਿਕਸ ਪਹਿਲਾ ਆ ਗਿਆ ਟ੍ਰੋਪਿਕ ਆਫ ਕੈਂਸਰ ਦੂਸਰਾ ਆ ਗਿਆ ਟ੍ਰੋਪਿਕ ਆਫ ਕੈਪ੍ਰਿਕੌਰਨ ਪਹਿਲਾ ਆ ਗਿਆ ਟ੍ਰੋਪਿਕ ਆਫ ਕੈਂਸਰ ਕੀ ਹੈ ਇਟ ਇਜ਼ ਅ ਮੈਜਨਰੀ ਲਾਈਨ ਆਫ ਲੈਟਿਟਿਊਡ ਠੀਕ ਹੈ ਇਹ ਇਮੇਜਨਰੀ ਲਾਈਨ ਹੈ ਲੈਟਿਟਿਊਡ ਦੀ ਠੀਕ ਹੈ ਜਿਹੜੀ ਕੀ ਕਿੱਥੇ ਹੈਗੀ ਅਰਥ ਦਾ ਅਪਰੋਕਸੀਮੇਟ 23.5 ਡਿਗਰੀ ਨਾਰਥ ਦੇ ਵਿੱਚ ਹੈ ਇਕਵੇਟਰ ਤੋਂ ਇਕਵੇਟਰ ਜਿਹੜਾ 0 ਡਿਗਰੀ ਹੈ ਜਦੋਂ ਇਕਵੇਟਰ ਤੋਂ ਆਪਾਂ ਤਾਂ ਨੂੰ ਜਾਣਦੇ ਆ ਤਾਂ 23.5 ਡਿਗਰੀ ਤੇ ਜਿਹੜਾ ਹੈਗਾ ਉਹ ਕਿਹੜਾ ਹੈਗਾ ਟ੍ਰੋਪਿਕ ਆਫ ਕੈਂਸਰ ਇਟ ਪਾਸਸਸ ਥਰੂ ਦਾ ਮੋਰ ਸਿਟیز ਦੈਨ ਦਾ ਟ੍ਰੋਪਿਕ ਆਫ ਕੋਪ੍ਰਿਕੋਰਨ ਜਿਹੜਾ ਕੋਪ੍ਰਿਕੋਰਨ ਆ ਥੱਲੇ ਉਹ ਜ਼ਿਆਦਾ ਪੈਸੀਫਿਕ ਵਿੱਚ ਦੀ ਲੰਘਦਾ ਪੈਸੀਫਿਕ ਓਸ਼ੀਅਨ ਬਟ ਜਿਹੜਾ ਟ੍ਰੋਪਿਕ ਆਫ ਕੈਂਸਰ ਹੈ ਠੀਕ ਹੈ ਉਹ ਟ੍ਰੋਪਿਕ ਆਫ ਕੋਪ੍ਰਿਕੋਰਨ ਦੇ ਨਾਲੋਂ ਜ਼ਿਆਦਾ ਸਿਟیز ਦੇ ਵਿੱਚ ਦੀ ਲੰਘਦਾ ਹੈ ਠੀਕ ਹੈ ਜਿਵੇਂ ਕਿ ਕਿਹੜੀਆਂ-ਕਿਹੜੀਆਂ ਨੇ ਹਵਾਈ ਠੀਕ ਹੈ ਪੋਰਸ਼ਨ ਆਫ ਸੈਂਟਰਲ ਅਮਰੀਕਾ ਨਾਰਥਨ ਅਫਰਿਕਾ ਸਹਾਰਾ ਡੇਜ਼ਰਟ ਐਂਡ ਨੀਅਰ ਕੋਲਕਾਤਾ ਇੰਡੀਆ ਠੀਕ ਹੈ ਆਪਣੇ ਇੰਡੀਆ ਦੇ ਵਿੱਚ ਵੀ ਇਹ ਜਿਹੜਾ ਹੈ 7 8 ਸਟੇਟ ਦੇ ਵਿੱਚ ਦੀ ਜਿਹੜਾ ਲੰਘਦਾ ਹੈ ਇਹ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਕਿ ਇੰਡੀਆ ਦੀਆਂ ਕਿਹੜੀਆਂ ਸਟੇਟਸ ਦੇ ਵਿੱਚੋਂ ਨਹੀਂ ਟ੍ਰੋਪਿਕ ਆਫ ਕੈਂਸਰ ਨਹੀਂ ਸੌਰੀ ਉਹ ਕਿਹੜਾ ਹੈਗਾ ਉਹ ਹਾਂ ਟ੍ਰੋਪਿਕ ਆਫ ਕੈਂਸਰ ਹੀ ਹੈ ਟ੍ਰੋਪਿਕ ਆਫ ਕੈਂਸਰ ਜਿਹੜਾ ਇੰਡੀਆ ਦੀਆਂ ਕਿਹੜੀਆਂ-ਕਿਹੜੀਆਂ ਸਟੇਟਸ ਦੇ ਵਿੱਚੋਂ ਲੰਘਦਾ ਮੈਂ ਤੁਹਾਨੂੰ ਇੰਡੀਕੇਸ਼ਨ ਵਾਸਤੇ ਦੱਸ ਦੇਣਾ ਕਿ ਇਹ ਮੱਧੇ ਪ੍ਰਦੇਸ਼ ਦੇ ਭਪਾਲ ਵਿੱਚ ਦੀ ਲੰਘਦਾ ਹੈ ਠੀਕ ਹੈ ਤਾਂ ਤੁਸੀਂ ਹੁਣ ਦੱਸਣਾ ਕਿ ਕਿਹੜੇ ਕਿਹੜੇ ਸਟੇਟਸ ਦੇ ਵਿੱਚ ਦੀ ਜਿਹੜਾ ਇਹ ਇਹ ਨੰਗਦਾ ਹੈਗਾ ਟ੍ਰੋਪਿਕ ਆਫ ਕੈਂਸਰ ਇੰਡੀਆ ਦੇ ਕਿੰਨੀਆਂ ਸਟੇਟ ਤੇ ਕਿਹੜੀਆਂ ਜਿਹੜੀਆਂ ਸਟੇਟਸ ਉਹ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਦੱਸਣਾ ਠੀਕ ਹੈ ਜੀ ਉਸ ਤੋਂ ਬਾਅਦ ਟ੍ਰੋਪਿਕ ਆਫ ਕਾਪਰੀ ਕੋਰਨ ਇਧਰੋਂ ਯਾਨੀ ਕਿ ਜੇ ਆਪਾਂ ਗੱਲ ਸਟਾਰਟ ਕਰਾਂਗੇ ਗੁਜਰਾਤ ਤੋਂ ਸਟਾਰਟ ਹੋ ਕੇ ਤਾਂ ਉਧਰ ਨਾਰਥ-ਈਸਟ ਵੱਲ ਜਾਊਗੀ ਇਹ ਠੀਕ ਹੈ ਤੁਸੀਂ ਇਹ ਯਾਦ ਰੱਖਣਾ ਤਾਂ ਟ੍ਰੋਪਿਕ ਆਫ ਕਾਪਰੀ ਕੋਰਨ ਕੀ ਹੈ ਜੀ ਇਹ ਅਮੇਜਰੀ ਲਾਈਨ ਹੈ ਜਿਹੜੀ ਇਹ 23.5 ਡਿਗਰੀ ਸਾਊਥ ਦੇ ਵਿੱਚ ਹੈ ਇਕਵੇਟਰ ਤੋਂ 23.5 ਡਿਗਰੀ ਸਾਊਥ ਦੇ ਵਿੱਚ ਠੀਕ ਤੇ ਪਾਸਸਸ ਮੇਨਲੀ ਥਰੂ ਵਾਟਰ ਜਿਆਦਾ ਇਹ ਜਾਨਕੀ ਪੈਸੀਫਿਕ ਓਸ਼ੀਅਨ ਇੰਡੀਅਨ ਓਸ਼ੀਅਨ ਜਾਨਕੀ ਓਸ਼ੀਅਨਸ ਦੇ ਵਿੱਚ ਦੀ ਲੰਘਦੀ ਹੈ ਵਾਟਰ ਵਿੱਚ ਦੀ ਬਟ ਕ੍ਰੋਸਸ ਥਰੂ ਅ ਨੀਅਰ ਪਲੇਸ ਲਾਈਕ ਰਿਓ ਦੀ ਜਨੇਰੂ ਜਿਹੜਾ ਕਿ ਬ੍ਰਾਜ਼ਿਲ ਦੇ ਵਿੱਚ ਹੈ ਐਂਡ ਬ੍ਰਾਜ਼ਿਲ ਮੈਡਾਗਾਸਕਰ ਐਂਡ ਆਸਟ੍ਰੇਲੀਆ ਠੀਕ ਹੈ ਇਹਨਾਂ ਦੇ ਵਿੱਚੋਂ ਦੀ ਇਹ ਲੰਘਦੀ ਹੈ ਜਿਹੜੀਆਂ ਇੰਪੋਰਟੈਂਟ ਜਿਹੜੇ ਦੇਸ਼ ਹੈ ਇਹਦੇ ਰਸਤੇ ਦੇ ਵਿੱਚ ਆਉਂਦੇ ਉਹ ਕਿਹੜੇ-ਕਿਹੜੇ ਆ ਰਿਓ ਦੀ ਜਨੇਰੂ ਇਨ ਬ੍ਰਾਜ਼ਿਲ ਮੈਡਾਗਾਸਕਰ ਐਂਡ ਆਸਟ੍ਰੇਲੀਆ ਠੀਕ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ओके ਤਾਂ ਇਹ ਟ੍ਰੋਪਿਕ ਆਫ ਕੈਂਸਰ ਐਂਡ ਟ੍ਰੋਪਿਕ ਆਫ ਕੋਪਰੀਕੋਨ ਉਸ ਤੋਂ ਬਾਅਦ ਆ ਜਾਂਦਾ ਜੀ ਸਿਗਨੀਫਿਕੈਂਸ ਉਦੋਂ ਆ ਕਿਹੜਾ ਟ੍ਰੋਪਿਕ ਆ ਜਾਂਦਾ ਟ੍ਰੋਪਿਕ ਆਫ ਕੈਂਸਰ ਕੋਪਰੀਕੋਨ ਦੀ ਇੱਕ ਆਪਾਂ ਹੋਰ ਪੜ੍ਹ ਲੈਂਦੇ ਆ ਥੋੜਾ ਜਿਹਾ ਦਾ ਏਰੀਆ ਸਾਊਥ ਆਫ ਦਾ ਟ੍ਰੋਪਿਕ ਆਫ ਕੈਂਸਰ ਐਂਡ ਨਾਰਥ ਆਫ ਦਾ ਟ੍ਰੋਪਿਕ ਆਫ ਕੋਪਰੀਕੋਨ ਇਜ਼ ਨੋਨ ਐਸ ਟ੍ਰੋਪਿਕਸ ਠੀਕ ਹੈ ਇਹ ਆਪਾਂ ਪੜ੍ਹਿਆ ਹੀ ਹੈ ਕਿ ਟ੍ਰੋਪਿਕ ਆਫ ਕੈਂਸਰ ਉੱਪਰ ਤੇ ਟ੍ਰੋਪਿਕ ਆਫ ਕੋਪਰੀਕੋਨ نیچے ਇਹਦੇ ਵਿਚਾਲੇ ਜਿਹੜਾ ਏਰੀਆ ਉਹਨੂੰ ਕੀ ਕਹਿੰਦੇ ਟ੍ਰੋਪਿਕਸ ਜਾਂ ਟੋਰਿਡ ਜ਼ੋਨ ਕਹਿੰਦੇ ਆ ਠੀਕ ਹੈ ਇਹਦਾ ਜਿਹੜਾ ਕਲਾਈਮੇਟ ਹੈ ਟੋਰਿਡ ਜ਼ੋਨ ਹੁਣ ਇਹਨੂੰ ਕਿਉਂ ਕਹਿੰਦੇ ਆ ਬਿਕੋਜ਼ ਦਾ ਕਲਾਈਮੇਟ ਇਜ਼ ਕੰਸਟੈਂਟਲੀ ਵਾਰਮ ਆਲ ਓਵਰ ਦਾ ਈਅਰ ਕਿਉਂਕਿ ਇਹਦੇ ਵਿੱਚ ਵਾਲਾ ਜਿਹੜਾ ਇਲਾਕਾ ਹੈ ਉਹ ਗਰਮ ਰਹਿੰਦਾ ਸਾਰਾ ਸਾਲ ਇਸ ਕਰਕੇ ਇਹਨੂੰ ਟੋਰਿਡ ਜ਼ੋਨ ਕਹਿੰਦੇ ਆ ਵੈਨ ਇਟ ਇਜ਼ ਸਮਰ ਸਾਊਥ ਆਫ ਦਾ ਟ੍ਰੋਪਿਕ ਆਫ ਔਰਨ ਇਟ ਇਜ਼ ਵਿంటర్ ਔਨ ਦਾ ਨਾਰਥ ਆਫ ਦਾ ਟ੍ਰੋਪਿਕ ਆਫ ਕੈਂਸਰ ਜੇ ਟ੍ਰੋਪਿਕ ਆਫ ਕਾਪਰੀ ਕੋਰਨ ਦੇ ਥੱਲੇ ਵਾਲੇ ਪਾਸੇ ਗਰਮੀ ਹੈ ਤਾਂ ट्रॉपिक ऑफ ਕੈਂਸਰ ਦੇ ਜਿਹੜਾ ਹੈ ਉੱਪਰ ਵਾਲੇ ਪਾਸੇ ਕੀ ਹੋਊਗੀ ਠੰਡ ਹੋਊਗੀ ਜਾਨਕੀ ਉਲਟ ਹੈ ਜੇ ਇੱਥੇ ਵਿంటర్ ਹੈ ਤਾਂ ਇੱਥੇ ਗਰਮੀ ਆਊਗੀ ਜੇ ਇੱਥੇ ਸਰਦੀ ਹੈ ਤਾਂ ਇੱਥੇ ਗਰਮੀ ਆਊਗੀ ਠੀਕ ਹੈ ਤਾਂ ਵਾਟ ਇਜ਼ 1 ਇਸ ਫਰਸਟ ਵਿਚ 1 ਇਸ ਫਰਸਟ ਵੈਨ ਟਰਾਇੰਗ ਟੂ ਰਿਮੈਂਬਰ ਵਿਚ ट्रॉपिक इज ਔਨ ਇਨ ਦਾ ਨਾਰਥ ਹ emisphere ਐਂਡ ਵਿਚ ਇਜ਼ ਇਨ ਦਾ ਸਾਊਥ ਤਾਂ ਅਲਫਾਬੈਟਿਕਲੀ ਆਪਾਂ ਚੈੱਕ ਕਰ ਲੈਣਾ ਕੈਂਸਰ ਠੀਕ ਹੈ ਤਾਂ ਕਮਸ ਬਿਫੋਰ ਸੀ ਏ ਐਨ ਸੀ ਏ ਪੀ ਓਕੇ ਇਨ ਦਾ ਨਾਰਥ ਟ੍ਰੋਪਿਕ ਆਫ ਕੀ ਹੈ ਕੈਂਸਰ ਹੈ ਇਨ ਦਾ ਸਾਊਥ ਟ੍ਰੋਪਿਕ ਆਫ ਕੀ ਹੈ ਕੈਪਰੀਕੋਰਨ ਤਾਂ ਇਸ ਤਰ੍ਹਾਂ ਨਾਲ ਆਪਾਂ ਕੀ ਚੈੱਕ ਕਰ ਲਾਂਗੇ ਅਲਫਾਬੈਟਿਕਲੀ ਚੈੱਕ ਕਰ ਲਾਂਗੇ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਊਗਾ ਇਹ ਸ਼ਾਰਟ ਤਰੀਕਾ ਯਾਦ ਰੱਖਣ ਦਾ ਉਸ ਤੋਂ ਬਾਅਦ ਆ ਜਾਂਦੇ ਆਰਕਟਿਕ ਸਰਕਲ ਅੰਟਰਕਟਿਕ ਸਰਕਲ ਠੀਕ ਹੈ ਸਭ ਤੋਂ ਪਹਿਲਾਂ ਆਰਕਟਿਕ ਸਰਕਲ ਕੀ ਹੈ ਕਹਿੰਦਾ ਲਾਈਨ ਆਫ ਲੈਟੀਟਿਊਡ ਬਿਗਨਸ 60 ਡਿਗਰੀ ਨਾਰਥ and make the start of the area where the least one day each year and sun does not completely set yani ki 21 june nu itthe suraj changi tarah nahi shipda and changi tarah rise nahi hunda 22 december nu theek hai eh gall yaad rakhni hai ki 22 december nu changi tarah rise nahi hunda te 21 june nu changi tarah shipda nahi kithe arctic circle de vich theek hai eh tusi date yaad rakhni hai 21 june theek hai te 22 december ਐਨੀਮਲਸ ਇਨਕਲੂਡਿੰਗ ਦਾ ਪੋਲਰ ਬੀਅਰਸ ਇੱਥੇ ਕੀ ਮਸਕ ਪਾਏ ਜਾਂਦੇ ਆ ਆਕਸ ਤੇ ਪੋਲਰ ਹੇਅਰ ਦਾ ਨੇਟਿਵ ਟੂ ਦਾ ਰੀਜਨ ਠੀਕ ਹੈ ਇੱਥੇ ਕਿਹੜੇ ਕਿਹੜੇ ਜਾਨਵਰ ਪਾਏ ਜਾਂਦੇ ਆ ਜਿਵੇਂ ਕਿ ਪੋਲਰ ਬੀਅਰਸ ਇਵਨ ਥੋ ਦਾ ਆਰਕਟਿਕ ਸਰਕਲ ਐਂਡ ਐਂਟਰਕਟਿਕ ਸਰਕਲ ਆ ਪੋਲਰ ਆਪੋਜੀਸ਼ਨ ਦਾ ਐਵਰੇਜ ਟੈਂਪਰੇਚਰ ਦਾ ਨਾਰਥ ਪੋਲਰ ਇਜ਼ ਹਾਇਰ ਠੀਕ ਹੈ ਨਾਰਥ ਪੋਲ ਦੇ ਵਿੱਚ ਜਿਹੜੀ ਹੈ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਨਾਰਥ ਪੋਲ ਦੇ ਵਿੱਚ ਜਿਹੜਾ ਆਰਕਟਿਕ ਸਰਕਲ ਆ ਉਹਦਾ ਟੈਂਪਰੇਚਰ ਜ਼ਿਆਦਾ ਰਹਿੰਦਾ ਹੈ ਅੰਟੈਕਟਿਕ ਹੈ ਜਿਹੜਾ ਥੱਲੇ ਹੈ ਸਾਊਥ ਸਾਊਥ ਦੇ ਵਿੱਚ ਉੱਥੇ ਟੈਂਪਰੇਚਰ ਘੱਟ ਰਹਿੰਦਾ ਕਿਉਂਕਿ ਉਹਦੇ ਨੇੜੇ ਆਬਾਦੀ ਘੱਟ ਹੈ ਦਾ ਲਾਈਨਸ ਆਫ ਲੌਂਗੀਟਿਊਡਸ ਦੈਟ ਐਸਟੈਬਿਸ਼ आवर ਟਾਈਮ ਜ਼ੋਨਸ ਆਰ ਕਨਵਰਜੈਂਸ ਐਟ ਦਾ ਪੋਲਸ ਇਹਦਾ ਮਤਲਬ ਕੀ ਹੈ ਜਿਹੜੀਆਂ ਲੌਂਗੀਟਿਊਡਸ ਨੇ ਨਾ ਜਦੋਂ ਧਰਤੀ ਦੇ ਵਿੱਚ ਲੌਂਗੀਟਿਊਡਸ ਮਿਲਦੀਆਂ ਨੇ ਉਹ ਜਾ ਕੇ ਪੋਲਸ ਤੇ ਹੀ ਮਿਲਦੀਆਂ ਐ ਇੱਥੇ ਜਾ ਕੇ ਇਕੱਠੀਆਂ ਹੁੰਦੀਆਂ ਠੀਕ ਹੈ ਤਾਂ ਉਹਨੂੰ ਕੀ ਕਹ ਦਿੰਦੇ ਐ ਉਹਨਾਂ ਦੀ ਜਾ ਕੇ ਉੱਥੇ ਕਨਵਰਜੈਂਸ ਹੁੰਦੀ ਐ ਪੋਲ ਦੇ ਵਿੱਚ ਲੌਂਗੀਟਿਊਡਸ ਦੀ ਉਸ ਤੋਂ ਬਾਅਦ ਅੰਟੈਕਟਿਕ ਸਰਕਲ ਦੀ ਗੱਲ ਕਰ ਅਰਥ ਦੇ 66 ਡਿਗਰੀ ਸਾਊਥ ਦੇ ਵਿੱਚ ਹੈ ਤੇ ਇੱਥੇ ਕੀ ਹੁੰਦਾ ਜਿਹੜਾ ਸਨ ਹੈ ਉਹ 21 22 ਦਸੰਬਰ ਨੂੰ ਕੀ ਹੁੰਦਾ ਸੈੱਟ ਨਹੀਂ ਹੁੰਦਾ ਮਤਲਬ ਥੱਲੇ ਨਹੀਂ ਜਾਂਦਾ ਤੇ ਰਾਈਜ਼ ਨਹੀਂ ਹੁੰਦਾ 21 ਤੇ 22 ਜੂਨ ਨੂੰ ਉਲਟ ਹੈ ਯਾਨੀ ਕਿ ਆਰਕਟਿਕ ਸਰਕਲ ਦੇ ਅੰਟੈਕਟਿਕ ਸਰਕਲ ਉਲਟ ਹੈ ਡੇਟ ਸੇਮ ਹੈ ਸੈਪਰੇਟ ਦਾ ਸਾਊਥ ਫ੍ਰੀਜ਼ਡ ਜ਼ੋਨ ਪੋਲਰ ਰੀਜਨ ਫਰੋਮ ਦਾ ਸਾਊਥ ਟੈਂਪਰੇਚਰ ਜ਼ੋਨ ਅੰਟੈਕਟਿਕ ਸਰਕਲ ਐਂਡ ਟ੍ਰੋਪਿਕ ਆਫ ਕੋਪ੍ਰੀਕੋਰਨ ਠੀਕ ਹੈ ਉਸ ਤੋਂ ਬਾਅਦ ਆਪਾਂ ਕੰਪੈਰੀਜ਼ਨ ਦੇਖ ਲਈਏ ਥੋੜਾ ਜਿਹਾ ਆਰਕਟਿਕ ਸਰਕਲ ਐਂਡ ਅੰਟ Arctictic circle vary in location slightly because of the minor fluctuation arctic circle and antarctic are also referred to as the polar circles ਇਹਨਾਂ ਨੂੰ ਹੋਰ ਕੀ ਕਹਿ ਕੇ ਬੁਲਾਇਆ ਜਾਂਦਾ ਹੈ ਪੋਲਰ ਸਰਕਲਸ ਕਹਿ ਕੇ ਬੁਲਾਇਆ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਮੈਪ ਦੇ ਵਿੱਚ ਇਹ ਨਾਰਥ ਦੇ ਵਿੱਚ ਆਰਕਟਿਕ ਸਰਕਲ ਹੈ ਬਰਫ਼ ਦਾ ਇਲਾਕਾ ਜਿਹੜਾ ਠੀਕ ਹੈ ਦੇਖੋ ਇੱਥੇ ਬਰਫ਼ ਘੱਟ ਜੰਮੀ ਹੋਈ ਹੈ ਅੰਟ Arctictic ਹੈ ਜਿਹੜਾ ਥੋੜਾ ਜਿਹਾ ਵੱਟਾ ਹੈ ਠੀਕ ਹੈ ਇਹ ਠੰਡਾ ਜ਼ਿਆਦਾ ਹੈ ਇਹ ਸਾਊਥ ਪੋਲ ਦੇ ਵਿੱਚ ਹੈ ਅੰਟੈਕਟਿਕ ਸਾਊਥ ਪੋਲ ਦੇ ਵਿੱਚ ਹੈ ਤੇ ਆਰਕਟਿਕ ਜਿਹੜਾ ਹੈਗਾ ਇਹ ਨਾਰਥ ਪੋਲ ਦੇ ਵਿੱਚ ਹੈ ਠੀਕ ਹੈ ਲੱਗ ਗਿਆ ਬੱਚਾ ਤਾਂ ਆ ਦੇਖੋ ਅੰਟੈਕਟਿਕ ਦੇ ਨਾਲ ਜਿਹੜਾ ਜਾਨੀ ਕਿ ਧਰਤੀ ਹੈ ਉਹ ਬਹੁਤ ਘੱਟ ਲੱਗ ਰਹੀ ਹੈ ਲੈਂਡ ਬਟ ਉੱਪਰ ਆਰਕਟਿਕ ਓਸ਼ੀਅਨ ਦੇ ਨਾਲ ਲੈਂਡ ਦੇਖੋ ਨਾਰਥ ਅਮਰੀਕਾ ਵੀ ਲੱਗ ਰਿਹਾ ਹੈ ਯੂਰਪ ਵੀ ਲੱਗ ਰਿਹਾ ਹੈ ਏਸ਼ੀਆ ਵੀ ਲੱਗ ਰਿਹਾ ਹੈ ਠੀਕ ਹੈ ਤੇ ਇਸ ਕਰਕੇ ਜਿਹੜਾ ਥੋੜਾ ਗਰਮ ਹੈ ਅੰਟੈਕਟਿਕ ਹੈ ਜਿਹੜਾ ਥੋੜਾ ਠੰਡਾ ਹੈ ਓਕੇ ਜੀ ਇਹ ਅੱਗੇ ਆਪਾਂ ਕਰ ਲੈਨੇ ਆ ਨਾਰਥ ਪੋਲ ਤੇ ਸਾਊਥ ਪੋਲ ਠੀਕ ਹੈ ਲੈਟੀਟਿਊਡ ਦੇ ਵਿੱਚ ਨਾਰਥ ਪੋਲ ਕਿ देयर इज नो ਲੈਂਡ ਐਟ ਦਾ ਨਾਰਥ ਪੋਲ ਨੀਅਰੈਸਟ ਲੈਂਡ ਇਜ਼ ਅਰਾਊਂਡ 700 ਮੀਲ ਦੂਰ ਹੈ ਠੀਕ ਹੈ ਇੱਥੇ ਲੈਂਡ ਨਹੀਂ ਹੈਗੀ ਬਟ ਇਟ ਇਜ਼ ਕਵਰਡ ਇਨ ਦਾ ਥਿਕ ਲੇਅਰ ਆਫ ਦਾ ਆਈਸ ਠੀਕ ਹੈ 6 ਤੋਂ 9 ਫਿਟ ਮੋਟੀ ਜਿਹੜੀ ਇੱਥੇ ਬਰਫ਼ ਹੈ ਉਹਦੇ ਨਾਲ ਇਹ ਜੰਮਿਆ ਹੋਇਆ ਨਾਰਥ ਪੋਲ ਵੈਨ ਯੂ ਆਰ ਸਟੈਂਡਿੰਗ ਔਨ ਦਾ ਨਾਰਥ ਪੋਲ ਐਨੀ ਡਾਇਰੈਕਸ਼ਨ ਯੂ ਪੁਆਇੰਟ ਇਜ਼ ਅ ਸਾਊਥਲ ਜਦੋਂ ਤੁਸੀਂ ਨਾਰਥ ਪੋਲ ਤੇ ਖੜਕੇ ਜਿੱਧਰ ਨੂੰ ਵੀ ਦੇਖੋਗੇ ਤਾਂ ਤੁਸੀਂ ਹਮੇਸ਼ਾ ਸਾਊਥ ਵੱਲ ਨੂੰ ਹੀ ਦੇਖੋਗੇ ਆਲ ਦਾ ਲਾਈਨ ਆਫ ਲੌਂਗੀਟਿਊਡ ਮੀਟ ਐਟ ਦਾ ਨਾਰਥ ਪੋਲ ਲੌਂਗੀਟਿਊਡ ਤੇ ਜਿੰਨੇ ਵੀ ਲਾਈਨਾਂ ਜਾ ਕੇ ਮਿਲਦੀਆਂ ਕਿੱਥੇ ਮਿਲਦੀਆਂ ਜਾ ਕੇ ਲੌਂਗੀਟਿਊਡ ਤੇ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਡਿਊਰਿੰਗ ਦਾ ਸਮਰ ਦਾ ਸਨ ਇਜ਼ ਆਲਵੇਜ਼ ਅਪ ਗਰਮੀਆਂ ਦੇ ਵਿੱਚ ਇੱਥੇ ਕੀ ਹੁੰਦਾ ਸੂਰਜ ਚੜ੍ਹਿਆ ਹੀ ਰਹਿੰਦਾ ਹੈ ਛਿਪਦਾ ਹੀ ਨਹੀਂ ਦਾ ਸਨ ਰਾਈਜ਼ ਇਨ ਮਾਰਚ ਐਂਡ ਸੈਟ ਇਨ ਸਤੰਬਰ ਮਾਰਚ ਦੇ ਵਿੱਚ ਉੱਥੇ ਸੂਰਜ ਚੜ੍ਹਦਾ ਹੈ ਤੇ ਸਤੰਬਰ ਚ ਜਾ ਕੇ ਛਿਪਦਾ ਹੈ ਯਾਨੀ ਕਿ ਇੱਥੇ 6 ਮਹੀਨੇ ਦਿਨ ਰਹਿੰਦੇ ਤੇ 6 ਮ ਤਾਂ ਮੈਗਨੇਟਿਕ ਨਾਰਥ ਪੋਲ ਇਜ਼ ਡਿਫਰੈਂਟ ਫਰੋਮ ਦਾ ਟ੍ਰੂ ਨਾਰਥ ਪੋਲ ਜਿਹੜਾ ਇੱਥੇ ਇੱਕ ਮੈਗਨੇਟਿਕ ਨਾਰਥ ਪੋਲ ਵੀ ਹੈ ਜਿੱਥੇ ਧਰਤੀ ਦਾ ਮੈਗਨੇਟਿਕ ਨਾਰਥ ਪੋਲ ਹੈ ਨਾ ਆਪਾਂ ਜਿਹੜਾ ਧਰਤੀ ਹੈ ਆਪਣੇ ਐਜ਼ ਅ ਮੈਗਨੇਟ ਲੈਨੇ ਨਾ ਆਪਾਂ ਮੈਗਨੇਟ ਦਾ ਵੀ ਇੱਕ ਨਾਰਥ ਤੇ ਸਾਊਥ ਪੋਲ ਹੁੰਦਾ ਹੈ ਤੇ ਜਿਹੜਾ ਐਕਚੁਅਲ ਚ ਨਾਰਥ ਪੋਲ ਹੈ ਜਿਹੜਾ ਮੈਗਨੇਟਿਕ ਨਾਰਥ ਪੋਲ ਆ ਉਹ ਦਾ ਡਿਫਰੈਂਟ ਆ ਥੋੜਾ ਜਿਹਾ ਥੋੜਾ ਜਿਹਾ ਸਾਈਡ ਤੇ ਆ ਜਿਹੜਾ ਆਪਣਾ ਮੈਗਨੇਟਿਕ ਨਾਰਥ ਪੋਲ ਆ ਉਹ ਮੈਂ ਤੁਹਾਨੂੰ ਮੈਪ ਦੇ ਵਿੱਚ ਦਿਖਾ ਦਿੰਨਾ ਸਾਊਥ ਪੋਲ ਸਾਊਥ ਪੋਲ ਆ ਜਿਹੜਾ ਇਹ ਡੇਜ਼ ਏਅਰ ਹਿਊਮਿਡਿਟੀ ਇਜ਼ ਨੀਅਰ ਜ਼ੀਰੋ ਹੈ ਇੱਥੇ ਠੀਕ ਹੈ ਜਮਾ ਵੀ ਪਾਣੀ ਪਾਣੀ ਨਹੀਂ ਹੈਗਾ ਹਵਾ ਦੇ ਵਿੱਚ ਤੇ ਹਾਈ ਵਿੰਡਸ ਕੈਨ ਕਾਜ਼ ਦਾ ਬਲੋਇੰਗ ਆਫ ਦਾ ਸਨੋਫਾਲ ਐਂਡ ਦਾ ਅਕਮੂਲੇਸ਼ਨ ਆਫ ਸੋ ਅਮਾਉਂਟ 20 ਸੈਂਟੀਮੀਟਰ ਪਰ ਈਅਰ ਠੀਕ ਹੈ ਜਾਨੀ ਕਿ ਇੱਥੇ ਤੇਜ਼ ਹਵਾਵਾਂ ਚੱਲਦੀਆਂ ਰਹਿੰਦੀਆਂ ਤੇ ਹਵਾ ਦੇ ਵਿੱਚ ਬਿਲਕੁਲ ਵੀ ਨਮੀ ਨਹੀਂ ਹੈਗੀ ਇਟ ਇਜ਼ ਆਲਮੋਸਟ ਨੈਵਰ ਗੈਟ 0 ਡਿਗਰੀ ਇਨ ਇੰਟਰੈਕਟਿੰਗ ਹਾਈਐਸਟ ਰਿਕਾਰਡਡ ਟੈਂਪਰੇਚਰ ਕਿੰਨਾ ਹੈ -13 ਡਿਗਰੀ ਹਾਈਐਸਟ ਇੰਨਾ ਹੀ ਹੈ ਇਦੂ ਵਾਦਰਦਾ ਨਹੀਂ ਟੈਂਪਰੇਚਰ ਯਾਨੀ ਕਿ ਦੋ ਘਟਦਾ ਹੀ ਆ ਮਾਈਨਸ ਦੇ ਵਿੱਚ ਹੀ ਜਾਂਦਾ ਹੈ ਡਿਊਰਿੰਗ ਦਾ ਸਾਊਥ ਪੋਲ ਵਿੰਟਰ ਮਾਰਚ ਟੂ ਲੇਟ ਸਤੰਬਰ ਇਟ ਇਜ਼ ਡਾਰਕ ਆਲ ਦਾ ਟਾਈਮ ਠੀਕ ਹੈ ਮਾਰਚ ਤੋਂ ਸਤੰਬਰ ਇਹ ਕੀ ਰਹਿੰਦਾ ਬਿਲਕੁਲ ਇੱਥੇ ਹਨੇਰਾ ਰਹਿੰਦਾ ਇਨ ਦਾ ਸਮਰ ਲਾਈਟ 24 ਘੰਟੇ ਪੈਂਦੀ ਹੈ ਇੱਥੇ ਦਾ ਸਨ ਇਜ਼ ਵੈਰੀ ਲੋ ਇਨ ਦਾ ਸਕਾਈ ਬਟ ਬੜਾ ਯਾਨੀ ਕਿ ਲੋ ਰਹਿੰਦਾਗਾ ਬਿਲਕੁਲ ਉੱਪਰ ਨਹੀਂ ਆਉਂਦਾ ਬੜਾ ਲੋ ਰਹਿੰਦਾ ਹੈ ਸਕਾਈ ਦੇ ਨਾਲ ਨਾਲ ਠੀਕ ਹੈ ਤਾਂ ਹੀ ਕਰਕੇ ਉੱਥੇ ਜਿਹੜੇ ਐਲੋਰਾਸ ਬਣ ਜਾਂਦੀਆਂ ਨੇ ਔਰ ਮੈਂ ਤੁਹਾਨੂੰ ਅੱਗੇ ਰੰਗ-ਬਰੰਗੇ ਜਿਹੜੀਆਂ ਤਰੰਗਾ ਬੰਦੀਆਂ ਉਹ ਇਸੇ ਕਰਕੇ ਬੰਦਦੇ ਆ ਨਾਰਥ ਸਾਊਥ ਪੋਲ ਦੇ ਵਿੱਚ ਅੱਗੇ ਕੀ ਹੈ ਲੋਕੇਟਡ 90 ਡਿਗਰੀ ਨਾਰਥ 90 ਡਿਗਰੀ ਐਂਗਲ ਐਟ ਦਾ ਇਕਵੇਟਰ ਠੀਕ ਹੈ ਬਸ ਉਹ ਐਂਗਲ ਦੱਸਿਆ ਹੋਇਆ ਹੈ ਠੀਕ ਹੈ ਪੁਆਇੰਟ ਨੇ ਜਿੱਥੇ ਜਾ ਕੇ ਕੀ ਹੈ ਲੌਂਗੀਟਿਊਡਸ ਮਿਲਦੀਆਂ ਨੇ ਬਸ ਇੰਨਾ ਹੀ ਇਹਦੇ ਵਿੱਚ ਦੱਸਿਆ ਹੋਇਆ ਹੈ ਨਾਰਥ ਪੋਲ ਤੇ ਸਾਊਥ ਪੋਲ ਦੇ ਬਾਰੇ ਠੀਕ ਹੈ ਤਿੰਨ ਜਿਹੜੇ ਨਾਰਥ ਨੇ ਹੁਣ ਔਰ ਮੈਂ ਤੁਹਾਨੂੰ ਇੱਥੇ ਦਿਖਾਉਣਾ ਆ ਜਿਹੜਾ ਆਪਣਾ ਹੈਗਾ ਇਹ ਨਾਰਥ ਪੋਲ ਹੈ ਬਟ ਆ ਜਿਹੜਾ ਪੁਆਇੰਟ ਹੈ ਇਹ ਹੈਗਾ ਮੈਗਨੇਟਿਕ ਪੋਲ ਠੀਕ ਹੈ ਨਾਲ ਜਾਨਕੀ ਇੱਕੋ ਜਗ੍ਹਾ ਤੇ ਨਹੀਂ ਹੈਗੇ ਤਾਂ 3 ਨਾਰਥ ਨੇ ਪਹਿਲਾ ਹੈਗਾ ਨਾਰਥ ਹਲਸੋ नोन ਐਸ ਜੀਓਗ੍ਰਾਫੀਕਲ ਨਾਰਥ ਫਿਰ ਗ੍ਰਿਡ ਨਾਰਥ ਫਿਰ ਮੈਗਨੇਟਿਕ ਨਾਰਥ ਤਿੰਨ ਨਾਰਥ ਨੇ ਪਹਿਲਾ ਹੈਗਾ ਜੀਓਗ੍ਰਾਫੀਕਲ ਨਾਰਥ ਫਿਰ ਹੈਗਾ ਗ੍ਰਿਡ ਨਾਰਥ ਫਿਰ ਹੈਗਾ ਮੈਗਨੇਟਿਕ ਨਾਰਥ ਪਹਿਲਾ ਟ੍ਰੂ ਨਾਰਥ ਦੇਖ ਲੈਨੇ ਥਿਸ ਇਜ਼ ਪੁਆਇੰਟ ਐਟ ਵਿਚ ਦਾ ਅਰਥ ਰੋਟੇਟ ਵਿਚ ਵੈਲ ਕਾਲਡ ਦਾ ਨਾਰਥ ਪੋਲ ਜਿਹੜੇ ਪੋਲ ਤੇ ਜਾਨਕੀ ਜਿਹੜੇ ਧਰਤੀ ਘੁੰਮਦੀ ਹੈ ਠੀਕ ਹੈ ਉਹਨੂੰ ਆਪਾਂ ਨਾਰਥ ਪੋਲ ਕਹਿੰਦੇ ਆ ਪੁਆਇੰਟ ਐਡ ਵਿੱਚ ਦਾ ਅਰਥ ਰੋਟੇਟਸ ਜਿਹੜੇ ਪੁਆਇੰਟ ਤੋਂ ਧਰਤੀ ਘੁੰਮਦੀ ਹੈ ਦੈਟ ਇਜ਼ ਕਾਲਡ ਦਾ ਨਾਰਥ ਪੋਲ ਟ੍ਰੂ ਨਾਰਥ ਪੋਲ ਅੱਗੇ ਗ੍ਰਿਡ ਨਾਰਥ ਕੀ ਹੈ ਐਜ਼ ਦਾ ਅਰਥ ਇਜ਼ ਸਫੀਅਰ ਇਟ ਇਜ਼ ਨੋਟ ਈਜ਼ੀ ਟੂ ਮੇਕ ਅ ਫਲੈਟ ਮੈਪ ਠੀਕ ਹੈ ਸਫੀਅਰ ਹੋਣ ਕਰਕੇ ਜਾਨਕੀ ਸਹੀ ਮੈਪ ਨਹੀਂ ਬਣਾ ਸਕੇ ਇਹਦੇ ਉੱਤੇ ਤਾਂ ਨਾਰਥ ਔਨ ਦਾ ਗ੍ਰਿਡ ਇਜ਼ ਇਨ ਦਾ ਸਲਾਈਟਲੀ ਡਿਫਰੈਂਟ ਡਾਇਰੈਕਸ਼ਨ ਔਨ ਦਾ ਈਚ ਮੈਪ ਤਾਂ ਕੀ ਹੁੰਦਾਗਾ ਕਿ ਥੋੜਾ ਜਿਹੜਾ ਨਾਰਥ ਪੋਲ ਆ ਥੋੜਾ ਜਿਹਾ ਪਾਸੇ ਤੇ ਹੁੰਦਾਗਾ ਜਿਹੜਾ ਸਹੀ ਯਾਨੀ ਕਿ ਹਰੇਕ ਮੈਪ ਦੇ ਵਿੱਚ ਅੱਗੇ ਮੈਗਨੇਟਿਕ ਨਾਰਥ ਜਿਹੜਾ ਇਟ ਇਜ਼ ਵਾਟ ਏਵਰ ਯੂਅਰ ਕੰਪਾਸ ਪੁਆਇੰਟ 2 ਤੇ ਜਿੱਥੇ ਜਾ ਕੇ ਤੁਹਾਡੀ ਕੰਪਾਸ ਪੁਆਇੰਟ 2 ਕਰਦੀ ਹੈ ਦੈਟ ਇਜ਼ ਕਾਲਡ ਯੂਅਰ ਮੈਗਨੇਟਿਕ ਪੋਲ ਯੂਅਰ ਕੰਪਾਸ ਨੀਡਲ ਇਜ਼ ਅ ਮੈਗਨੇਟਿਕ ਦੈਟ ਲਾਈਜ਼ ਦੈਟ ਲਾਈਨਸ ਇਟਸੈਲਫ ਅਪ ਵਿਦ ਦਾ ਅਰਥ ਮੈਗਨੇਟਿਕ ਫੀਲਡ ਮੈਗਨੇਟਿਕ ਨਾਰਥ ਇਜ਼ ਅ ਡਿਫਰੈਂਟ ਪਲੇਸ ਠੀਕ ਹੈ ਫਰੋਮ ਦਾ ਰੋਟੇਸ਼ਨ ਪੁਆਇੰਟ ਮੈਗਨੇਟਿਕ ਨਾਰਥ 무ਵਸ ਸਲਾਈਟਲੀ ਈਚ ਈਅਰ ਜਿਹੜਾ ম্যাগਨੇਟਿਕ ਫੀਲਡ ਹੈ ਤੁਹਾਡਾ ম্যাগਨੇਟਿਕ ਪੋਲ ਹੈ ਉਹ ਹਰ ਸਾਲ ਕੀ ਹੈ ਥੋੜਾ ਥੋੜਾ ਕੀ ਹੈ ਸਲਾਈਟਲੀ ਈਚ ਈਅਰ ਬਦਲਦਾ ਰਹਿੰਦਾ ਥੋੜੀ ਥੋੜੀ ਉਹਦੀ ਜਿਹੜੀ ਲੋਕੇਸ਼ਨ ਆ ਉਹ ਬਦਲਦੀ ਰਹਿੰਦੀ ਹੈ ਠੀਕ ਹੈ ਤਾਂ ਇਹ ਤੇ ਨੌਰਥ ਹੈ ਜਿਹੜੇ ਇਹ ਵੀ ਸਾਨੂੰ ਪਤਾ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਲੌਂਗੀਟਿਊਡਸ ਆ ਗਈਆਂ ਇਹ ਆਪਾਂ ਕੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਲੌਂਗੀਟਿਊਡਸ ਠੀਕ ਹੈ ਜੀ ਤਾਂ ਲੈਟਿਟਿਊਡਸ ਦੇ ਵਿੱਚ ਜੇ ਸਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ